ਸਤਿ ਸ਼੍ਰੀ ਅਕਾਲ ਦੋਸਤੋ, ਕੀ ਹਾਲ ਚਾਲ। ਮੈਂ ਤੁਹਾਡਾ ਆਪਣਾ ਨਮਾਣਾ ਮੱਲੀ। ਤਾਂ ਦੋਸਤੋ, ਹੁਣੇ ਚਾਹ ਪੀ ਕੇ ਆਇਆ, ਸਾਰੀ ਰਾਤ ਲਾਉਂਦੇ ਰਹੇ ਪਾਣੀ, ਅਤੇ ਆਹ ਦੇਖੋ ਜੀ ਭਿੱਜੇ ਪਏ ਆਪਾਂ, ਠੀਕ ਹੈ ਜੀ। ਕਿਉਂਕਿ ਨਹਿਰ ਬੰਦ ਹੋ ਗਈ ਸੀ, ਦੋ ਮੋਟਰਾਂ ਪੁੱਛੀਆਂ ਸੀ, ਇੱਕ ਚੈਣੇ ਭਾਊ ਕੀ ਸੀ ਅਤੇ ਇੱਕ ਬਾਬੇ ਮੁਖਤਿਆਰ ਸਿੰਘ ਕੀ ਮੋਟਰ ਸੀਗੀ। ਆਪਣੇ ਤਾਂ ਤੁਹਾਨੂੰ ਪਤਾ ਟਰਾਂਸਫਾਰਮ ਠੀਕ ਨਹੀਂ ਸੀਗਾ, ਉਦੋਂ ਭੰਨ ਭੁੰਨ ਗਏ ਸੀਗੇ ਅਤੇ ਚੱਲਣਾ ਹੀ ਕਾਹਦੀ ਸੀ। ਪਾਣੀ ਦਾ ਲਈ ਬੈਠੇ ਹਾਂ ਜੀ, ਲਾ ਇੱਕ ਕਹਿਰਾ ਰਹਿ ਗਿਆ, ਘੰਟੇ ਕੁ ਤੱਕ ਹੋ ਸਕਦਾ ਵੀ ਭਰ ਜਾਏਗਾ ਜੇ ਲਾਈਟ ਨਾ ਜਾਵੇ ਤਾਂ। ਹਵਾ ਵਗਦੀ ਪਈ ਹੈ ਜੀ, ਅਤੇ ਸਭ ਤੋਂ ਡਰ ਵਾਲੀ ਗੱਲ ਆ ਵੀ ਬੱਦਲ ਚੜੇ ਪਏ ਆ। ਦੇਖੋ ਤੁਸੀਂ, ਬੱਦਲ ਬਣ ਗਏ ਆ, ਹਵਾ ਵਗੀ ਜਾਂਦੀ ਆ, ਪਾਣੀ ਲਾ ਬੈਠੇ ਹਾਂ, ਕਣਕ ਨਾ ਜਾ ਪਈ। ਜਿਵੇਂ ਕਿ ਤੁਹਾਨੂੰ ਪਤਾ ਆਪਾਂ DBW 187 ਲਾਈ ਹੋਈ ਆ, ਕਣਕ ਵੀ ਚੰਗੀ ਆ। ਹੁਣ ਡਰ ਇਹੀ ਲੱਗੀ ਜਾਂਦਾ ਵੀ ਡਿੱਗਣਾ ਪਵੇ, ਅਤੇ ਬਾਕੀ ਹੁਣ ਆਪਾਂ ਤੁਰਦੇ ਹਾਂ ਸੁਬਾਹ ਸੁਬਾਹ, ਨਾਲੇ ਤਾਂ ਮੋਰਨਿੰਗ ਵਾਕ ਹੋ ਜੂਗੀ, ਹੈ ਨਾ। ਨਾਲੇ ਮੈਂ ਕਿਹਾ ਵੀ ਗੇੜਾ ਮਾਰ ਗਈਏ। ਰਿਹਾ ਮੈਂ ਸਾਰੀ ਰਾਤ ਖੇਤ ਹੀ ਹਾਂ, ਹੁਣ ਮੈਂ ਚਾਹ ਪੀਣ ਗਿਆ ਸੀਗਾ ਅਤੇ ਚਾਹ ਪੀ ਕੇ ਮੈਂ ਦੁਬਾਰਾ ਖੇਤ ਚੱਲਿਆ। ਬਾਕੀ ਤੁਹਾਨੂੰ ਮੌਸਮ ਵਿਖਾ ਦਿੰਦੇ ਹਾਂ, ਕਾਫੀ ਵਿਗੜਿਆ ਆ। ਆਹ ਦੇਖੋ ਜੀ, ਬਹੁਤ ਬੱਦਲਵਾਈ ਹੋਈ ਪਈ ਆ, ਮੀਂਹ ਵਾਲਾ ਮੌਸਮ ਪੂਰਾ ਬਣਿਆ ਪਿਆ। ਜੇ ਨਾ ਪਵੇ ਤਾਂ ਬੈਟਰ ਆ, ਪਤਾ ਹੁੰਦਾ ਤਾਂ ਆਪਾਂ ਨਾ ਹੀ ਲਾਉਂਦੇ ਪਾਣੀ, ਪਰ ਕਿੱਥੇ ਪਤਾ ਸੀਗਾ। ਮੈਂ ਆਖਿਆ ਯਾਰ ਵੀ ਮੁੜ ਕੇ, ਕਿਉਂਕਿ ਆਪਾਂ ਸਾਡੀ ਮਦਰ ਥੋੜ੍ਹੀ ਜਿਹੀ ਢਿੱਲੇ ਰਹਿੰਦੇ, ਉਹਨਾਂ ਦੇ ਗੋਡੇ ਪਾਉਣੇ ਆ ਆਪਰੇਸ਼ਨ ਕਰਾਉਣਾ, ਉਸ ਕਰਕੇ ਮੈਂ ਸੋਚਿਆ ਵੀ ਭਰ ਲਈਏ। ਸ਼ੁੱਕਰਵਾਰ ਦਾ ਟਾਈਮ ਆਪਾਂ ਨੂੰ ਮਿਲਿਆ ਹੋਇਆ ਆਪਰੇਸ਼ਨ ਦਾ, ਇਸ ਕਰਕੇ ਮੈਂ ਆਖਿਆ ਵੀ ਕਣਕ ਭਰ ਲਈਏ। ਮੌਸਮ ਦੇਖ ਲਓ ਬਹੁਤ ਵਧੀਆ। ਬਾਕੀ ਚੱਲਦੇ ਹਾਂ ਖੇਤ, ਤੁਹਾਨੂੰ ਦਿਖਾਉਣੇ ਆ। ਆਹ ਬਟਨ ਲੈਟ ਗਈ ਚਲੀ ਦੋਸਤੋ, ਬੈਡ ਨਿਊਜ਼, ਲੈਟ ਗਈ ਚਲੀ। ਓਏ ਰਹਿ ਗਈ ਕਣਕ ਦੋਸਤੋ, ਲੈਟ ਗਈ ਚਲੀ ਯਾਰ, ਬਹੁਤ ਮਾੜਾ ਆ। ਓਹੋ, ਕਣਕ ਵਿੱਚ ਰਹਿ ਗਈ ਤੋਂ ਬੱਦਲ। ਚੱਲ ਖਾਨਾ ਬਾਨਾ ਤਾਂ ਹੋ ਜਾਂਦਾ, ਹੁਣ ਆਪਾਂ ਨੂੰ ਇੱਕ ਰਾਤ ਫਿਰ ਮਾਰਨੀ ਪੈਣੀ ਹੈ। ਅਤੇ ਬਾਕੀ ਤੁਹਾਨੂੰ ਕਣਕ ਵਿਖਾ ਦਿੰਦੇ ਹਾਂ ਆਪਣੀ DBW 187 ਕਣਕ, ਬਹੁਤ ਵਧੀਆ ਵਰਾਇਟੀ ਆ ਬਾਈ ਜੀ। ਕੱਦ ਜ਼ਰੂਰ ਕਰਦੀ ਆ, ਬਟ ਬਹੁਤ ਵਧੀਆ ਸਿੱਟਾ, ਬਹੁਤ ਵਧੀਆ ਵਰਾਇਟੀ ਆ। ਦੇਖੋ ਜੀ ਸਿੱਟਾ ਇਹਦਾ, ਠੀਕ ਹੈ ਜੀ। ਆਹ ਵੇਖੋ ਸਿੱਟਾ ਇਹੋ ਜਿਹੀ ਆ, ਸਾਰੇ ਜਿੱਥੇ ਬਾਹਲੀ ਸੰਘਣੀ ਉੱਥੇ ਥੋੜ੍ਹੇ ਜਿਹੇ ਛੋਟੇ ਸਿੱਟੇ, ਬਾਕੀ ਕੁੱਲ ਮਿਲਾ ਕੇ ਬਹੁਤ ਵਧੀਆ ਕਣਕ ਆ। ਬਟ ਜਿਹੜੀ ਗੱਲ ਹੁਣ ਇਹ ਹੋਈ ਆ ਵੀ ਲਾਈਟ ਗਈ ਚਲੀ ਆ, ਉਹ ਮੋਟਰ ਸੀ ਆਪਣੇ ਕੋਲ, ਇੱਧਰ ਬਾਬਿਆਂ ਦੀ ਮੋਟਰ ਸੀਗੀ, ਅਤੇ ਕਿਵੇਂ ਗੱਲ ਬਣੂਗੀ ਯਾਰ। ਕਾਹ ਕਹਿਰਾ ਰਹਿ ਗਿਆ ਸੀ ਦੋਸਤੋ, ਆਹ ਕਹਿਰਾ, ਇੱਕ ਕਹਿਰਾ ਰਹਿ ਗਿਆ ਸੀ ਆਪਣਾ, ਬਾਕੀ ਦੋ ਕਹਿਰੇ ਆਪਾਂ ਭਰਤੇ ਸੀ ਰਾਤ। ਘੱਟੋ ਘੱਟ 10 ਵਜੇ ਲਾਈਟ ਆਈ, 8 ਵਜੇ ਤੱਕ ਚੱਲਣੀ ਸੀ, 7 ਵਜੇ ਪਤੰਦਰਾਂ ਨੇ ਕੱਟ ਲਈ। ਬੜਾ ਕੰਮ ਗਲਤ ਕਰਤਾ, ਕੱਟੀ ਕਿਉਂ ਆਹ ਰੱਬ ਕਰਕੇ, ਆਹ ਹਵਾ ਵਗਦੀ ਕਰਕੇ ਕੱਟੀ ਗਈ ਲਾਈਟ, ਨਹੀਂ ਤਾਂ ਲਾਈਟ ਕੱਟੀ ਨਹੀਂ ਜਾਣੀ ਸੀ। ਹੁਣ ਇਹ ਕੀ ਆ ਵੀ ਮੈਂ ਪਾਣੀ ਲਾਤਾ ਅਤੇ ਹਵਾ ਵਗੀ ਜਾਂਦੀ ਹੈ ਅਤੇ ਕਣਕ ਡਿੱਗੂਗੀ। ਆਪਣੇ ਨਾਲ ਰੱਬ ਵੀ ਖੇਡ ਰਿਹਾ, ਹੈ ਨਾ, ਕਣਕ ਡਿੱਗੂਗੀ। ਚਲੋ ਲੋਕਾਂ ਦੇ ਨਾਲ ਹੀ ਆ, ਹੈ ਨਾ, ਭਰਨੀ ਵੀ ਜ਼ਰੂਰੀ ਸੀ, ਪਤਾ ਹੁੰਦਾ ਤਾਂ ਚੱਲ ਇੱਕ ਦੋ ਦਿਨ ਰੋਕ ਜਾਂਦੇ, ਚਲੋ ਕੋਈ ਗੱਲ ਨਹੀਂ। ਅਤੇ ਆਹ ਕੰਡੀਸ਼ਨ ਆ, ਬਾਕੀ ਦੇਖਦੇ ਹਾਂ ਉੱਥੇ ਜਾ ਕੇ। ਆਹ ਪੱਠੇ ਨਾ ਭਰੀਂਦੇ ਨਾ ਤਾਂ ਮੇਰਾ ਸੌਰ ਜਾਣਾ ਸੀ, ਇਹ ਨਾ ਛੱਡਦੇ ਤਾਂ, ਕਿਉਂਕਿ ਘੱਟੋ ਘੱਟ 4-5 ਕਿਨਾਲਾ ਥਾਂ ਇਹਨਾਂ ਨੇ ਵੀ ਭਰਿਆ। ਕਿੱਡਾ ਡੇਂਜਰ ਮੌਸਮ ਆ ਯਾਰ, ਹੈ ਨਾ, ਲੋਕਾਂ ਦੀਆਂ ਕਣਕਾਂ ਬਾਲੀਆਂ 'ਤੇ ਆਈਆਂ ਪਈਆਂ, ਉੱਧਰੋਂ ਬੱਦਲ ਚੜ ਗਿਆ, ਪਹਿਲਾਂ ਵੀ ਪਾਇਆ ਨਹੀਂ, ਹੁਣ ਤੂੰ ਕਿੱਧਰ ਆਇਆ ਲੈਣ ਦਾ ਸੀ ਯਾਰ, ਕੋਈ ਹਾਲ ਹੈਗਾ ਤਾਂ ਸਰਬਣ ਖੇਤ ਗੇੜਾ ਮਾਰੀ ਜਾਂਦਾ। ਤਾਂ ਲੈਣ ਕਦੋਂ ਕੁ ਗਈ ਆ, 10 ਕੁ ਮਿੰਟ ਹੋ ਗਏ, 8 ਤਾਂ ਵੱਜੇ ਹੀ ਨਹੀਂ, 8 ਵਜੇ ਤੱਕ ਚੱਲ ਜਾਂਦੀ ਤਾਂ ਨਜ਼ਾਰਾ ਆ ਜਾਂਦਾ। ਤਾਂ ਆਹ ਮੋਟਰ ਛੱਡੀ ਸੀ ਜੀ, ਆਹ ਦੇਖੋ ਇਹ ਸਖਾਲੇ ਥਣੀ, ਇੱਕ ਮੋਟਰ ਉੱਧਰ ਲਿਆਉਂਦੀ ਸੀ ਆਪਾਂ, ਅਤੇ ਲਾਈਟ ਗਈ ਚਲੀ ਹੈ ਜੀ। ਚਲੋ ਕੋਈ ਗੱਲ ਨਹੀਂ, ਬੈਡ ਲੱਕ, ਨੈਕਸਟ ਟਾਈਮ ਭਰਾਂਗੇ। ਤਾਂ ਦੋਸਤੋ ਅਲਵਿਦਾ।
ਟਾਟਾ ਬਾਏ ਬਾਏ ਲਵ ਯੂ, ਮਿਲਦੇ ਹਾਂ ਨੈਕਸਟ ਵਲੌਗ 'ਚ। ਕਣਕ ਤਾਂ ਨਹੀਂ ਭਰੀ ਗਈ, ਵੀਡੀਓ ਨੂੰ ਦੇਖਿਆ ਸ਼ੇਅਰ ਕਰੇ ਲਾਈਕ ਕਰੇ ਬਾਏ।